हाँ जी, वाहिगुरु जी का खालसा, वाहिगुरु जी जी की फतेह। स्वागत है ता सारे का पंजाब का अपना स्वाद एक होर एपीसोड दे विच। दोस्तों, तुसी परौंठे तो बहुत ज़्यादा खाधे होगे, पर पेपर परौंठा तुसी बहुत घट खाधा होगा। पेपर परौंठा तो सिर्फ जलंधर दे विच सतनामिया परौंठा जंक्शन वाले अंकल जी बनाउंदे ने। बाकी अंकल जी नाल गल करदे आ कि सारी डिटेल दसन। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਕੀ ਹਾਲ ਹੈ ਅੰਕਲ ਜੀ? ਬਹੁਤ ਸ਼ੁਕਰ ਹੈ ਸੱਚੇ ਪਾਤਸ਼ਾਹ ਜੀ, ਬਖਸ਼ਿਸ਼ ਹੈ ਜੀ। ਹਾਂਜੀ, ਕੀ ਨਾਮ ਹੈ ਆਪ ਜੀ ਦਾ? ਮੇਰਾ ਨਾਮ ਗੁਰਜੀਤ ਸਿੰਘ, ਗੁਰਜੀਤ ਸਿੰਘ ਸਤਨਾਮੀਆ ਨਾਂ ਤੇ ਮੈਨੂੰ ਲੋਕੀ ਜਾਣਦੇ ਆ। ਹਾਂਜੀ ਅੰਕਲ ਜੀ, ਕਿੰਨੇ ਸਾਲ ਪੁਰਾਣੀ ਦੁਕਾਨ ਆ? ਦੁਕਾਨ ਤੇ ਇਹ ਜਿੱਥੇ ਅਸੀਂ ਖੜੇ ਆ ਇਹ ਤੇ ਸਿਰਫ 3 ਜਾਂ 4 ਸਾਲ ਹੋਏ ਇੱਥੇ ਆਇਆਂ ਨੂੰ। ਹਾਂਜੀ, ਤੇ ਅਸਲ 'ਚ ਸਾਡਾ ਜਿਹੜਾ ਕੰਮ ਇਸ ਸ਼ੋਭੇ ਦਾ ਹੈ, ਇਸ ਪ੍ਰਕਾਰ ਦਾ ਸਾਡਾ ਕੰਮ ਇਹ ਬਹੁਤ ਪੁਰਾਣਾ। ਸਾਨੂੰ 1954 'ਚ ਮੇਰੇ ਦਾਦਾ ਜੀ ਨੇ ਦੁਕਾਨ ਖੋਲ੍ਹੀ ਸੀਗੀ GT ਰੋਡ 'ਤੇ, ਰਾਜ ਸਿਨੇਮੇ ਦੇ ਨਾਲ। ਉੱਥੇ ਸਾਡਾ ਕੰਮ ਚਾਹ ਦਾ ਹੁੰਦਾ ਸੀ, ਉਦੋਂ ਹੀ ਸਤਨਾਮੀਆਂ ਚਾਹ ਵਾਲੇ ਵੱਜਦੇ ਸੀ। ਅਤੇ ਉਸ ਤੋਂ ਬਾਅਦ ਵਕਤ ਗੁਜ਼ਰਦਾ ਗਿਆ, ਫਿਰ ਸਾਡੇ ਦਾਦਾ ਜੀ ਚੜ੍ਹਾਈ ਕਰ ਗਿਆ, ਫਿਰ ਮੈਂ ਅਤੇ ਮੇਰੇ ਡੈਡੀ ਕੰਮ ਕਰਦੇ ਸੀ। ਉਸ ਤੋਂ ਬਾਅਦ ਮੇਰਾ ਛੋਟਾ ਬ੍ਰਦਰ ਮੇਰੇ ਨਾਲ ਆ ਗਿਆ, ਫਿਰ ਅਸੀਂ ਉੱਥੇ ਕੰਮ ਕੀਤਾ ਢਾਬੇ ਦਾ ਸ਼ੁਰੂ, ਉਸੇ ਦੁਕਾਨ 'ਤੇ। ਮਹਾਰਾਜ ਦੀ ਬੜੀ ਬਖਸ਼ਿਸ਼ ਹੋਈ, ਢਾਬੇ ਦਾ ਕੰਮ ਸਾਡਾ ਚੜ੍ਹਦੀ ਕਲਾ ਸੀ ਪੂਰਾ। ਵਕਤ ਗੁਜ਼ਰਿਆ, ਫਿਰ ਸਾਨੂੰ ਉਹ ਦੁਕਾਨ ਛੱਡਣੀ ਪਈ, ਦੁਕਾਨ ਛੱਡੀ। ਫਿਰ ਅਸੀਂ ਇਸ ਮਾਰਕੀਟ 'ਚ ਆ ਗਏ, ਇਸ ਦੁਕਾਨ ਤੋਂ ਪਿੱਛੇ 12 ਦੁਕਾਨਾਂ ਪਿੱਛੇ ਉਹ ਦੁਕਾਨ ਸਾਨੂੰ ਕਿਰਾਏ 'ਤੇ ਮਿਲੀ, ਉੱਥੇ ਹੀ ਕੰਮ ਸ਼ੁਰੂ ਕੀਤਾ। 6 ਸਾਲ ਹੋ ਗਿਆ ਜੀ ਅੰਦਾਜ਼ਾ, ਅਤੇ ਉਸ ਤੋਂ ਬਾਅਦ ਫਿਰ 2-2.5 ਸਾਲ ਉੱਥੇ ਕੰਮ ਕੀਤਾ, 3 ਸਾਲ ਸਾਨੂੰ ਇੱਥੇ ਹੋ ਗਏ ਨੇ। ਆਪਣੀ ਦੁਕਾਨ ਮਹਾਰਾਜ ਨੇ ਬਖਸ਼ਿਸ਼ ਕਰਦੀ ਹੈ, ਫਿਰ ਉਹ ਇੱਥੇ ਕੰਮ ਕਰਦੇ। ਅਤੇ ਮੇਰੇ ਬੇਟੇ 3, ਚੌਥਾ ਮੈਂ, ਅਸੀਂ ਚਾਰੇ ਇਸ ਦੁਕਾਨ 'ਤੇ ਲੱਗੇ ਰਹੇ ਕੰਮ। ਹੁਣ ਬਾਬੇ ਨਾਨਕ ਨੇ ਬਖਸ਼ਿਸ਼ ਕੀਤੀ ਆ, ਅਰਬਨ ਸਟੇਟ ਫੇਸ 1 ਗੁਰਦੁਆਰਾ ਸਾਹਿਬ ਦੇ ਸਾਹਮਣੇ ਕੈਨਰਾ ਬੈਂਕ ਦੇ ਬਿਲਕੁਲ ਨਾਲ ਇੱਕ ਨਵਾਂ ਯੂਨਿਟ ਹੋਰ ਬਣ ਗਿਆ। ਇਹੀ ਪ੍ਰੋਸੈਸ ਹੈ, ਸਾਰਾ ਕੰਮ ਕਰਨ ਦਾ ਤਰੀਕਾ, ਇਹੀ ਟੇਸਟ ਹੈ, ਇਹੀ ਮੈਨਿਊ ਹੈ, ਇਹੀ ਰੇਟ ਹੈ। ਉੱਥੇ ਛੋਟੇ 2 ਬੇਟੇ ਸਿਮਰਨਜੀਤ ਸਿੰਘ, ਯੁਵਰਾਜ ਸਿੰਘ ਉੱਥੇ ਬੈਠਦੇ ਆ, ਮੈਂ ਅਤੇ ਮੇਰਾ ਵੱਡਾ ਬੇਟਾ ਮਨਵੀਰ ਸਿੰਘ, ਅਸੀਂ ਇੱਥੇ ਸੇਵਾ ਕਰਦੇ ਹਾਂ। ਹਾਂਜੀ, ਦੇਖੋ ਜੀ, ਵਕਤਾਂ ਦੀਆਂ ਗੱਲਾਂ ਨੇ। ਲੋਕ ਕਹਿੰਦੇ ਸੀ ਜਿਹੜੀ ਖੋਜ ਹੈ ਨਾ ਉਹ ਲੋੜ ਦੀ ਮਾਂ ਹੈ, ਠੀਕ ਹੈ ਨਾ। ਅਤੇ ਕੋਈ ਚੀਜ਼ ਕਿਸੇ ਦੇ ਮਾਇੰਡ 'ਚ ਨਹੀਂ ਆਉਂਦੀ, ਇਹ ਕੁਦਰਤ ਸਾਥ ਦਿੰਦੀ ਹੈ। ਜਿੱਦਾਂ ਮੌਕਾ ਬਣਿਆ ਅਤੇ ਕਸਟਮਰ ਆਏ, ਉਹ ਕਹਿੰਦੇ ਸੀ ਡੋਸਾ ਖਾਣਾ, ਬੱਚੇ ਸੀ ਨਾਲ, ਅਤੇ ਚਲੋ ਤੁਹਾਨੂੰ ਡੋਸਾ ਆਟੇ ਦਾ ਖਵਾਉਂਦੇ ਹਾਂ। ਉਹ ਫਿਰ ਜਿੱਦਾਂ ਦਾ ਸਾਡੇ ਕੋਲ ਬਣਿਆ, ਅਸੀਂ ਪਰੌਂਠਾ ਬਣਾ ਕੇ ਰੋਲ ਕਰਕੇ ਉਹਨਾਂ ਦੇ ਅੱਗੇ ਡੋਸਾ ਦਾ ਹੀ ਰੱਖ ਦਿੱਤਾ, ਉਹ ਬੜੇ ਖੁਸ਼ ਹੈ। ਅਸੀਂ ਫਿਰ ਉਸੇ ਪ੍ਰੋਸੈਸ ਨੂੰ, ਉਸੇ ਤਰੀਕੇ ਨੂੰ ਅਸੀਂ ਅੱਗੇ ਮੇਨਟੇਨ ਕਰਕੇ ਫਿਰ ਇਹਦਾ ਪੇਪਰ ਪਰੌਂਠਾ ਨਾ ਰੱਖਿਆ, ਅਤੇ ਪੇਪਰ ਪਰੌਂਠਾ ਬਣਾ ਆਹੋ ਪੇਪਰ ਪਰੌਂਠਾ ਬਣਿਆ ਪਿਆ ਤੁਹਾਡੇ ਸਾਹਮਣੇ, ਇਹ ਦੇਖੋ, ਹਾਂ ਇਹ 18 ਲੱਗੀ ਹੈ ਪੇਪਰ ਪਰੌਂਠੇ ਦੀ, ਅਤੇ ਇਹ ਹੁਣ ਇਹਦੇ ਨਾਲ ਸਬਜ਼ੀਆਂ ਪਾਵਾਂਗੇ, ਕੁਛ ਚਟਨੀ ਹੋਏਗੀ, ਅਤੇ ਅਚਾਰ ਹੋਏਗਾ। ਜੇ ਕਸਟਮਰ ਦਹੀਂ ਕਹਿੰਦਾ ਦਹੀਂ ਦੇ ਦਿਆਂਗੇ, ਜੋ ਮਤਲਬ ਗਾਹਕ ਦੀ ਡਿਮਾਂਡ 'ਤੇ ਹੁੰਦਾ, ਅਸੀਂ ਆਪਣੀ ਮਰਜ਼ੀ ਨਹੀਂ ਕਰਦੇ। ਕਸਟਮਰ ਕਹਿੰਦਾ ਮੈਂ ਦਾਲ ਖਾਣੀ, ਦਾਲ ਖਾ ਲਾ ਭਾਈ, ਦਹੀਂ ਖਾਣਾ ਨਹੀਂ ਖਾ ਲਾ, ਅਸੀਂ ਉਨੇ ਹੀ ਪੈਸੇ ਲੈਣੇ ਆ, ਪੁੱਟ ਕੀ ਤਰਾਜ ਹੈ। ਇਸ ਤਰ੍ਹਾਂ ਪਰੌਂਠੇ ਦਾ ਸਾਈਜ਼ ਵੀ ਕਾਫੀ ਵੱਡਾ ਆ, ਇਹ ਸਭ ਮਹਾਰਾਜ ਦੀਆਂ ਬਖਸ਼ਿਸ਼ਾਂ ਜੀ, ਇਹ ਦਾਦੇ ਦੀਆਂ ਬਖਸ਼ਿਸ਼ਾਂ ਨੇ, ਬੰਦੇ ਦੇ ਵਾਸਤੇ ਕੋਈ ਗੱਲ ਨਹੀਂ, ਉਹ ਦਾਦਾ ਬਖਸ਼ੀ ਕਰਦਾ ਬਹੁਤ ਇੰਨਾ ਪਏ ਇੱਕ ਪਰਸਨ ਲਈ। ਹਾਂ ਹਾਂ ਬਿਲਕੁਲ ਬਿਲਕੁਲ, ਦੂਜਾ ਪਰੌਂਠਾ ਘੱਟ ਹੀ ਕੋਈ ਮੰਗਦਾ ਜੀ, ਇੱਕ ਪਰੌਂਠਾ ਜਿਹੜਾ ਇਕੱਲੇ ਬੰਦੇ ਵਾਸਤੇ ਬਹੁਤ, ਦੂਸਰਾ ਕੋਈ ਨਹੀਂ ਮੰਗਦਾ। ਬਹੁਤ ਘੱਟ ਪਰਸਨ ਆਉਂਦੇ ਨੇ ਜਿਹੜੇ 1.5 ਪਰੌਂਠਾ ਖਾਂਦੇ ਆ, 2 ਕੋਈ ਨਹੀਂ ਖਾਂਦਾ, 2 ਘੱਟ ਖਾਂਦੇ ਆ। ਹਾਂਜੀ, ਪੇਪਰ ਪਰੌਂਠੇ ਤੋਂ ਇਲਾਵਾ ਕਿਹੜੇ ਕਿਹੜੇ ਪਰੌਂਠੇ ਹੋ ਤੁਹਾਡੇ? ਸਾਡੇ ਕੋਲ ਲੱਛਾ ਪਰੌਂਠਾ, ਹਾਂਜੀ ਲੱਛਾ ਪਰੌਂਠਾ ਸਿੰਪਲ ਵੀ ਹੈ, ਲੱਛਾ ਪਿਆਜ਼ਾਂ ਵਾਲਾ ਵੀ ਹੈ, ਲੱਛਾ ਆਲੂ ਸਟਫਡ, ਗੋਭੀ ਸਟਫਡ, ਪਨੀਰ ਸਟਫਡ, ਜੋ ਤੁਸੀਂ ਕਹੋ ਬਣ ਜਾਂਦਾ। ਨਹੀਂ, ਪਰੌਂਠੇ ਤੋਂ ਇਲਾਵਾ ਫੁਲਕਾ ਹੁੰਦਾ ਤਵੇ ਦਾ, ਅਤੇ ਜਾਂ ਫਿਰ ਸਾਡੇ ਕੋਲ ਸਬਜ਼ੀਆਂ ਹੁੰਦੀਆਂ 12-15 ਕਿਸਮ ਦੀਆਂ। ਨਾਰਮਲੀ ਦਾਲ ਹੁੰਦੀ ਹੈ, ਕਾਲੇ ਛੋਲੇ ਹੁੰਦੇ ਆ, ਚਿੱਟੇ ਛੋਲੇ ਹੁੰਦੇ ਆ, ਮਟਰ ਆਲੂ ਹੁੰਦੇ ਆ, ਮਿਕਸ ਵੈੱਜ ਹੁੰਦੀ ਹੈ, ਆਲੂ ਮੇਥੀ ਹੈ, ਬੈਂਗਣ ਦਾ ਪਰਸਾ, ਇਹੋ ਜਿਹੀਆਂ ਆਈਟਮਾਂ ਬਣਾਉਂਦੇ ਹਾਂ। ਫਿਰ ਪਨੀਰ ਦੀਆਂ ਸਬਜ਼ੀਆਂ ਵੀ ਆਈ 8-10, ਜਿਹੜਾ ਸ਼ਾਹੀ ਪਨੀਰ, ਪਨੀਰ ਭੁਰਜੀ, ਕੜਾਹੀ ਪਨੀਰ, ਪਨੀਰ ਬੜਾ ਮਸਾਲਾ। ਫਿਰ ਅਸੀਂ ਇੱਕ ਹੋਰ ਚੀਜ਼ ਬਣਾਈ ਆ ਆਪੇ, ਸਤਨਾਮੀਆਂ ਸਪੈਸ਼ਲ ਪਨੀਰ, ਉਹ ਸਾਡੀ ਆਪਣੀ ਖੋਜ ਹੈ, ਮਹਾਰਾਜ ਦੀ ਬਖਸ਼ਿਸ਼ ਹੋਈ ਹੈ, ਮੇਰੇ ਬੇਟੇ ਨੇ ਬਣਾਈ। ਉਹ ਪਨੀਰ ਇੱਦਾਂ ਦਾ, ਬੇਟਿਆਂ ਨੇ ਮਤਲਬ ਰਲ ਕੇ ਬਣਾਈ, ਉਹ ਪਨੀਰ ਇੱਦਾਂ ਦਾ, ਉਹਦੀ ਐਕਸਟਰਾ ਆਰਡਨਰੀ ਟੇਸਟ ਹੈ, ਮਤਲਬ ਨਾ ਕੜਾਹੀ ਪਨੀਰ ਨਾਲ ਰਲਦਾ, ਨਾ ਸ਼ਾਹੀ ਪਨੀਰ ਨਾਲ ਰਲਦਾ, ਨਾ ਬਟਰ ਮਸਾਲੇ ਨਾਲ ਰਲਦਾ, ਉਹ ਐਕਸਟਰਾ ਆਰਡਨਰੀ ਹੈਗਾ, ਔਰ ਬਹੁਤ ਵਧੀਆ ਟੇਸਟ ਹੈ, ਉਹ ਲੋਕ ਖਾਂਦੇ ਨੇ ਬਹੁਤ। ਉਸ ਤੋਂ ਬਾਅਦ ਸਾਡੇ ਕੋਲ ਪਾਲਕ ਪਨੀਰ ਵੀ ਹੁੰਦਾ, ਚੜਾ ਮਸਾਲਾ ਵੀ ਹੁੰਦਾ, ਕਹਿਣ ਦਾ ਭਾਵ ਹੈ ਕਿ 12-14 ਸਬਜ਼ੀਆਂ ਵੀ ਹੁੰਦੀਆਂ ਨੇ, ਅਤੇ ਤਵੇ ਦਾ ਫੁਲਕਾ ਵੀ ਹੁੰਦਾ,
ਅਤੇ ਕਹਿੰਦੇ ਅਸੀਂ ਚਾਵਲ ਵੀ ਮਾੜੇ ਮੋਟੇ ਬਣਾ ਲਈਦੇ ਆ, ਉਹ ਵੀ ਸ਼ੁਗਰ ਨਾਲ, ਚਾਵਲ ਸਾਡੇ ਪੱਕੇ ਨਹੀਂ ਹੁੰਦੇ। ਉਹ ਇੱਦਾਂ ਵੀ ਚੱਲ ਬਣਾ ਲਿਆ, ਜਿੱਦਾਂ ਵੈੱਜ ਪਲਾਓ ਬਣਾ ਤਾ, ਮਸਾਲਾ ਰਾਈਸ ਬਣਾ ਤੇ, ਮੈਨਿਊ 'ਚ ਹੈਗੇ ਆ। ਕਿਸੇ ਨੇ ਕੜੀ ਚਾਵਲ ਖਾਣੇ, ਚਾਵਲ ਬੋਰ ਨਹੀਂ ਬਣਾਉਂਦੇ, ਕਿਲੋ ਸਵਾ ਕਿਲੋ ਡੇਢ ਕਿਲੋ ਬਣਾਈ ਦੇ, ਜਦੋਂ ਖਤਮ ਕਾਂਡੀ ਖਤਮ। ਚੌਲਾਂ ਸਾਡਾ ਜ਼ੋਰ ਘੱਟ ਆ, ਸਾਡਾ ਮੇਨ ਕੰਮ ਪਰੌਂਠੇ ਦਾ। ਹਾਂਜੀ ਹਾਂਜੀ ਬਿਲਕੁਲ ਬਿਲਕੁਲ, ਮਿਹਰਬਾਨੀ ਤੁਹਾਡੀ ਮਹਾਰਾਜ, ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਸਰ, ਤਵੇ ਦੀ ਚਪਾਤੀ ਵੀ ਬਣਦੀ ਸਾਡੇ ਜੀ। ਜਿਸ ਤਰ੍ਹਾਂ ਘਰ ਦੇ ਵਿੱਚ ਕਈ ਲੋਕ ਬਜ਼ੁਰਗ ਜਾਂ ਬੱਚੇ ਕਹਿੰਦੇ ਕਿ ਨਹੀਂ ਤੰਦੂਰੀ ਰੋਟੀ ਨਹੀਂ ਖਾਧੀ ਜਾਂਦੀ, ਅਤੇ ਤਵੇ ਦੀ ਰੋਟੀ ਇਸ ਸਟੈਂਡਰਡ ਦੀ ਅਸੀਂ ਬਣਾਉਂਦੇ ਹਾਂ। ਦੇਖੋ ਤੁਹਾਡੇ ਸਾਹਮਣੇ ਕਿੰਨੀ ਸੋਹਣੀ ਰੋਟੀ ਬਣ ਰਹੀ ਹੈ, ਘੱਟ ਮਿਲਦੀ ਹੈ। ਹਾਂਜੀ ਨਹੀਂ ਮਿਲਦੀ ਜੀ, ਬਹੁਤ ਘੱਟ ਜੀ, ਬੜੀ ਗੁਰੂ ਸਾਹਿਬ ਦੀ ਕਿਰਪਾ ਵੀ ਬਣਾ ਰਹੇ ਹਾਂ ਅਸੀਂ ਤਵੇ ਦੀ ਰੋਟੀ। ਪਰੌਂਠੇ ਤਾਂ ਤੁਹਾਨੂੰ ਕਾਫੀ ਦਿਖਾਏ ਆ, ਪਰ ਇਹ ਤਵਾ ਦੀ ਤਵਾ ਚਪਾਤੀ ਵੀ ਅਸੀਂ ਬਣਾਉਂਦੇ ਹਾਂ, ਤਵੇ ਦੀ ਰੋਟੀ। ਇਹਦੀ ਵੀ ਕਾਫੀ ਸੇਲ ਹੋਣੀ ਤੁਹਾਡਾ ਪੇਪਰ ਪਰੌਂਠੇ ਵਾਂਗੂ? ਠੀਕ ਹੈ ਜੀ, ਬਹੁਤ ਜ਼ਿਆਦਾ ਨਾ ਕਹੀਏ ਪਰ ਫਿਰ ਵੀ ਸੋਹਣੀ ਚੱਲਦੀ ਪਈ। ਪੇਪਰ ਪਰੌਂਠੇ ਦੀ ਤੁਹਾਡੀ ਵੀ ਜੀ ਸਭ ਤੋਂ ਜ਼ਿਆਦਾ ਸੇਲ ਆ, ਗੁਰੂ ਸਾਹਿਬ ਦੀ ਕਿਰਪਾ ਰੋਟੀ ਦੇ ਰਿਹਾ ਜੀ ਦਾਤਾ। ਠੀਕ ਹੈ, ਲੋਕ ਪਸੰਦ ਕਰਦੇ ਆ। ਬਾਕੀ ਅਸੀਂ ਥੋੜ੍ਹਾ ਜਿਹਾ, ਮੈਂ ਸਾਡੇ ਡੈਡ ਅਤੇ ਮੈਂ ਇਹ ਸੋਚਦੇ ਹਾਂ ਕਿ ਬਹੁਤ ਜ਼ਿਆਦਾ ਖਲੇਰਾ ਨਾ ਪਾਈਏ, ਇਸ ਕਰਕੇ ਅਸੀਂ ਬਹੁਤ ਜ਼ਿਆਦਾ ਕੰਮ ਨੂੰ ਵਧਾ ਕੇ ਨਹੀਂ ਖੁਸ਼ ਹੈਗੇ। ਅਸੀਂ ਕੰਮ ਇਸ ਹਿਸਾਬ ਨਾਲ ਕਰਦੇ ਹਾਂ ਕਿ ਕੁਆਲਿਟੀ ਬਰਕਰਾਰ ਰਹੇ। ਬਹੁਤਾ ਖਲੇਰਾ ਪਾ ਲਿਆ ਅਤੇ ਕੁਆਲਿਟੀ ਖਰਾਬ ਹੋ ਜਾਂਦੀ, ਇਸ ਕਰਕੇ ਮੈਂ ਜੋਮੈਟੋ ਸਵੀਗੀ ਨਹੀਂ ਕਰ ਰਿਹਾ। ਜਿਹੜੇ ਵੀਰ ਇੱਥੇ ਆਉਂਦੇ ਨੇ ਉਹ ਇੱਥੇ ਆ ਕੇ ਛੱਡਦੇ ਨੇ ਜਾਂ ਪੈਕਿੰਗ ਕਰਾ ਕੇ ਲਿਜਾਂਦੇ ਨੇ, ਇਸ ਕਰਕੇ 4 ਤੋਂ 6 ਥੋੜ੍ਹੀ ਬ੍ਰੇਕ ਕਰ ਦਿੰਦੇ ਹਾਂ ਸ਼ਾਮ ਨੂੰ। ਇਸ ਤਰ੍ਹਾਂ ਸਾਡਾ ਕੰਮ ਹੈ ਜੀ, ਜਿਹੜੇ ਵੀਰ ਆਉਣ 4 ਵਜੇ ਤੋਂ ਪਹਿਲਾਂ ਜਾਂ 6 ਵਜੇ ਤੋਂ ਬਾਅਦ, ਰਾਤ 11 ਵਜੇ ਤੱਕ ਹੀ ਕੰਮ ਕਰਦੇ ਹਾਂ, ਅਤੇ ਉਸ ਟਾਈਮ ਤੁਹਾਨੂੰ ਪ੍ਰੋਪਰ ਸਟਾਫ ਮਿਲੇਗਾ, ਅੱਛੀ ਤਰ੍ਹਾਂ ਫੂਡ ਤੁਹਾਨੂੰ ਮਿਲ ਜਾਏਗਾ। ਹਾਂਜੀ, ਇਹ ਦੇਖੋ ਜੀ, ਇਹ ਵੀਰ ਜੀ ਪੇਪਰ ਪਰੌਂਠਾ। ਇਹ ਪੇਪਰ ਪਰੌਂਠਾ ਵੀਰ ਜੀ, ਇਹਦਾ ਬਣਾਉਂਦਾ ਵੀਰ ਜੀ ਪ੍ਰੋਸੈਸ ਕਿਸ ਤਰ੍ਹਾਂ ਆ? ਪ੍ਰੋਸੈਸ ਹੈ ਬਸ, ਹੁਣ ਤੁਹਾਡੇ ਸਾਹਮਣੇ ਅਸੀਂ ਇਹਨੂੰ ਘੇ ਲਾਉਣਾ, ਘੇ ਲਗਾ ਕੇ ਇਹਨੂੰ ਖੋਲ੍ਹ ਦੇਣਾ ਅਸੀਂ। ਹਾਂਜੀ, ਇਹ ਇੱਕ ਪਰੌਂਠੇ ਦੇ ਵਿੱਚ 2 ਪੀਸ ਹੁੰਦੇ ਨੇ। ਹਾਂਜੀ, ਇੱਕ ਪਰੌਂਠੇ ਦੇ ਵਿੱਚ 2 ਪੀਸ ਹੁੰਦੇ ਨੇ। ਹਾਂਜੀ, ਇਹ ਪਰੌਂਠਾ ਹੈ ਨਾ? ਹਾਂਜੀ, ਇਹ 2 ਰੋਲ ਨੇ। ਅੱਛਾ, ਇਹ ਪੱਕਣ ਤੋਂ ਬਾਅਦ ਅਸੀਂ ਇਹਨੂੰ ਖੋਲ੍ਹ ਦਿੰਦੇ ਹਾਂ। ਹਾਂਜੀ, ਖੋਲ੍ਹ ਕੇ ਫਿਰ ਕਸਟਮਰ ਦੇ ਅੱਗੇ ਸਰਵ ਕਰ ਦਿੰਦੇ ਹਾਂ, ਡੋਸੇ ਵਾਂਗੂ ਰੋਲ ਕਰਕੇ। ਇਹਦੇ ਵਿੱਚ ਦੇਸੀ ਘਿਓ ਲਾਉਂਦੇ? ਜੀ, ਦੇਸੀ ਘਿਓ ਲਾ। ਹਾਂਜੀ, ਜੇ ਕੋਈ ਮੂਲ ਮੱਖਣ ਮੰਗੇ ਉਹ ਵੀ ਦੇ ਦਿੰਦੇ? ਅਮੂਲ ਬਟਰ ਨਾਲ ਲੋਕ ਰੱਖੇ, ਅਮੂਲ ਬਟਰ ਵੀ ਖਾਂਦੇ ਨੇ ਲੋਕ ਨਾਲ ਇਹਦੇ, ਪਰ ਜੇ ਦੇਸੀ ਘਿਓ ਪਰੌਂਠਾ ਬਣ ਗਿਆ ਤਾਂ ਫਿਰ ਬਟਰ ਕੀ ਕਰਨਾ? ਹਾਂਜੀ, ਦੇਸੀ ਘਿਓ ਕਿਹੜੀ ਕੰਪਨੀ ਦਾ ਵਰਤਦੇ ਤੁਸੀਂ? ਅਸੀਂ ਜੀ ਜਲੰਧਰ ਸ਼ਹਿਰ ਦੀ ਬਹੁਤ ਵਧੀਆ ਡੈਰੀ ਫਾਰਮ ਹੈ, ਡੈਰੀ ਹੈ ਖਾਲਸਾ ਡੈਰੀ। ਹਾਂਜੀ, ਉਹਨਾਂ ਦਾ ਸਾਰਾ ਸਮਾਨ ਵਰਤਦੇ ਹਾਂ, ਔਰ ਸਾਡੇ ਭਰਾ ਵੀ ਨੇ, ਹਾਂਜੀ, ਬੜੇ ਨੇਕ ਇਨਸਾਨ ਨੇ, ਨੇਕ ਬੰਦੇ ਨੇ, ਅਤੇ ਸਮਾਨ ਵੀ ਉਹਨਾਂ ਦਾ ਬਹੁਤ ਵਧੀਆ ਹੁੰਦਾ। ਇਹ ਦੇਖੋ ਜੀ, ਕੀ ਦੇਸੀ ਘਿਓ ਪੱਕਣ ਦੇ ਕਿੰਨਾ ਕੁ ਟਾਈਮ ਲੱਗਦਾ? ਇੱਕ ਪਰੌਂਠੇ ਨੂੰ ਬਣਨ ਤਾਂ ਜੀ 10 ਮਿੰਟ ਲੱਗ ਜਾਂਦੇ ਜੀ। 10 ਮਿੰਟ ਲੱਗ ਜੀ, ਤਵੇ 'ਤੇ ਆਉਣ ਤੋਂ ਪਹਿਲਾਂ ਹਾਂਜੀ ਵੇਲਣ ਲੱਗਿਆ 3-4 ਮਿੰਟ, ਅਤੇ 7-8 ਮਿੰਟ ਇਹਨੂੰ ਤਵੇ 'ਤੇ, ਹਾਂਜੀ, ਅਤੇ 10 ਮਿੰਟ ਲੱਗ ਜਾਂਦੇ। ਹਾਂਜੀ, ਮੇਰੇ ਤਵੇ ਦੇ ਉੱਤੇ 10 ਪਰੌਂਠੇ ਆ ਜਾਂਦੇ ਨੇ ਆਰਾਮ ਨਾਲ। ਹਾਂਜੀ, ਇੱਕ ਤਵੇ 'ਤੇ 10 ਪਰੌਂਠੇ ਆ ਜਾਂਦੇ ਨੇ, ਅਤੇ 10 ਕਸਟਮਰ ਬਹਿ ਜਾਣ, ਅਤੇ ਅਸੀਂ 10 ਪਰੌਂਠੇ 15 ਘੰਟਾ ਗਾ ਦਿੰਦੇ। ਹਰ ਬੰਦੇ ਦੀ ਆਪਣੀ ਆਪਣੀ ਡਿਮਾਂਡ ਹੈ ਜੀ, ਕੋਈ ਚਨੇ ਖਾਂਦਾ, ਕੋਈ ਦਹੀਂ ਖਾਂਦਾ, ਜ਼ਿਆਦਾਤਰ ਤਾਂ ਲੋਕ ਚਨੇ ਖਾਂਦੇ ਆ, ਤਾਂ ਅਸੀਂ ਚਨੇ ਹੀ ਦਿੰਦੇ ਹਾਂ। ਗਰਮੀਆਂ ਵਿੱਚ ਦਹੀਂ ਜ਼ਿਆਦਾ ਚੱਲਦਾ, ਸਰਦੀਆਂ 'ਚ ਛੋਲੇ ਜ਼ਿਆਦਾ ਚੱਲਦੇ ਨੇ। ਬਾਕੀ ਜੇ ਕਸਟਮਰ ਜੋ ਮੰਗੇ, ਜਿੱਦਾਂ ਰਾਜਮਾਂਹ ਬਣੇ ਆ, ਕਾਲੇ ਛੋਲੇ ਬਣੇ ਆ, ਕੜੀ ਬਣੀ ਹੈ, ਜੇ ਕਸਟਮਰ ਕਹੇ ਮੈਂ ਕੜੀ ਨਾ ਖਾਣਾ ਜਾਂ ਰਾਜਮਾਂਹ ਨਾ ਖਾਣਾ, ਹੁਣ ਉਹਨਾਂ ਵੀ ਖਵਾ ਦਈਦਾ ਨਾ ਨਹੀਂ। ਹਾਂਜੀ, ਜਿਸ ਤਰ੍ਹਾਂ ਅੱਛਾ ਲੱਗੇ ਉਸ ਤਰ੍ਹਾਂ ਖਵਾਉਣ। ਜੋ ਕਸਟਮਰ ਦੀ ਡਿਮਾਂਡ ਹੈ ਉਹੀ, ਕਈ ਵਾਰੀ ਕਈ ਛੋਲੇ ਨਹੀਂ ਖਾਂਦੇ, ਕਈ ਸਾਡੇ ਕੋਲ ਆਉਂਦੇ ਨੇ ਇਹੋ ਜਿਹੇ ਵੀਰ ਭੈਣਾਂ ਹੁੰਦੀਆਂ ਨੇ, ਕਈ ਦੇਸੀ ਘਿਓ ਨਹੀਂ ਖਾਂਦੇ, ਫਿਰ ਦੇਸੀ ਘਿਓ ਤੋਂ ਬਗੈਰ ਦਿਓ ਸਾਨੂੰ, ਰਿਫਾਈਨ 'ਚ ਬਣਾ ਕੇ ਦਿਓ, ਰਿਫਾਈਨ 'ਚ ਵੀ ਬਣਾ ਕੇ ਦੇ ਦਿੱਤਾ ਫਿਰ ਜੀ। ਕਸਟਮਰ ਦੀ ਮਤਲਬ ਕਿ ਤੁਸੀਂ ਹਰ ਡਿਮਾਂਡ ਪੂਰੀ ਕਰਦੇ ਸਰ? ਜਿਸ ਤਰ੍ਹਾਂ ਕੋਈ ਚਨੇ ਵਗੈਰਾ ਨਹੀਂ ਖਾਂਦਾ, ਤੈਨੂੰ ਕਿੱਦਾਂ ਧੱਕੇ ਨਾ ਕਹਦੀ ਕਿ ਛੋਲੇ ਹੀ ਖਾ, ਇਸ ਕਰਕੇ ਜੋ ਜਿਹਦੀ ਡਿਮਾਂਡ ਹੈ ਉਸ ਤਰ੍ਹਾਂ ਕਰ ਦਈਦਾ। ਕੋਈ ਕਰਾਰਾ ਖਾਂਦਾ, ਕੋਈ ਫਿੱਕਾ ਖਾਂਦਾ, ਦੇਖੋ ਵੀਰ ਜੀ ਗੱਲ ਇੱਦਾਂ ਕਿ ਹੁਣ ਕਈ ਸਪਾਈਸੀ ਖਾਂਦੇ ਆ, ਅਸੀਂ ਦੋਨੋਂ ਮਿਰਚਾਂ ਤੇਜ਼ ਖਾਂਦੇ ਹਾਂ,
ਕਈ ਆਣਗੇ ਕਹਿਣਗੇ ਭਾਅ ਜੀ ਫਿੱਕਾ ਫਿੱਕਾ ਸੀ ਪਰੌਂਠਾ, ਤਾਂ ਭਾਅ ਜੀ ਤੁਸੀਂ ਕਰਾਰਾ ਦੱਸੋ, ਲਿਖ ਕੇ ਲੈ ਕੇ ਜੇ ਕਿਸੇ ਨੇ ਕਰਾਰਾ ਖਾਣਾ ਉਹਨੂੰ ਕਰਾਰਾ ਬਣਾ ਦਿਆਂਗੇ। ਫਿਰ ਉਹ ਆਉਂਦੇ ਨੇ ਕਹਿੰਦੇ ਭਾਅ ਜੀ ਸਾਡਾ ਸਪਾਈਸੀ ਕਰ ਦਿਓ, ਸਪਾਈਸੀ ਕਰ ਦਈਦਾ। ਹਾਂਜੀ ਬਾਕੀ ਟੇਸਟ ਕਰਦੇ ਆ। ਹਾਂ ਬਿਲਕੁਲ, ਕਿਸ ਤਰ੍ਹਾਂ ਦਾ ਲੱਗਾ ਟੇਸਟ? ਧੰਨਵਾਦ ਆਪ ਜੀ ਦੇ ਟਾਈਮ ਦਾ। अकाल पुरख करदा जी। साहिब वड्डे आईआं जी, सब वड्डे आईआं ओहदे हत्थ। चलो आओ जी, बस हेल्दी खाना साडे को आओ, हेल्दी फूड खाओ, कितने भी खाओ, कोशिश करो हेल्दी फूड खाने की। अक बक ना खाओ, ये शरीर है गदर नहीं है, पूरा चक्के बिछड़ती है। सोना खाओ, थोड़ा खाओ, बढ़िया खाओ। साडा ये मैसेज है हर पंजाब दे नहीं हिंदुस्तान दे बच्चे नूं, गंद ना खाओ प्लीज। हाथ जोड़ के बेनती है, आ जिहड़ियां असीं खाई जांदे आ ना रेहड़ियां तों, मतलब म्यूनिसिपा पा के ते जंक फूड वगैरह अनहेल्दी है, इस तों बचो। बाकी हाथ जोड़ के बेनती ये है कि साडे जिहड़ा पंजाबी फूड है वो छकी है ज़्यादा तो ज़्यादा पंजाब वाले, उ हेल्दी है, उदी सेहत लिए चंगा। हाँ जी, असी झंडिया पीर की बिल्कुल बैकसाइड से हाँ, झंडिया पीर के बैकसाइड जलंधर शहर के बड़ा मशहूर चौंक है जी, फुटबॉल चौंक। फुटबॉल चौंक तो रस्ता जाता झंडिया पीर न, झंडिया पीर के बिल्कुल नाल कार बाजार है जी। कार बाजार के अंदर असी बैठे हैं सतनामी परौंठे वाले जी, ये साडा एड्रैस है जी। इनू कनाल रोड भी कहें, अवतार नगर रोड भी कह दें जी। ये एड्रैस है, इस इलाके जाके किसी को पूछ लो सतनामी परौंठे वाली दुकान पर जाना दस देंगे जी। ईजी है रस्ता, सीधा रस्ता। वाहेगुरु जी खालसा, वाहेगुरु जी। हाँ जी दोस्तों, साडा पेपर परौंठा आ गया आ। पेपर परौंठे नाल वीर जी होना ने सानू चाह दिती आ, चटनी दिती आ, तुहानू इसका असी टेस्ट करके दस दें टेस्ट किवें दा लगा। दोस्तों इसका टेस्ट बहुत ज़्यादा वधिया है। जिदा आम घर आप परौंठे खाने आलू वाले, गोभी वाले, प्याज वाले, उस तरह का टेस्ट नहीं है। यदा टेस्ट हैगा भावें आलू वाला परौंठा है, पर यह टेस्ट बहुत ज़्यादा यूनीक है। अगर तुसी जलंधर शहर आ रहे जे, इन्हों का परौंठा जरूर ट्राई करो। धन्यवाद जी। चैनल नूं कर दो लाइक, शेयर एंड सबसक्राइब।